ਖਬਰ ਹੈ ਮੁਸ਼ਰਫ ਕਰਾਚੀ ਚ ਸਪੁਰਦੇ ਖਾਕ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਨੂੰ ਆਸ ਬਖਸ਼ੇ। ਤੁਰਕੀ ਤੇ ਸੀਰੀਆ ਚ ਭੂਚਾਲ ਨਾਲ ਮੌਤਾਂ ਦੀ ਗਿਣਤੀ 6000 ਤੋਂ ਟੱਪੀ। ਇਕੱਲੇ ਤੁਰਕੀ ਵਿਚ 6000 ਇਮਾਰਤਾਂ ਢਹਿ ਢੇਰੀ। ਹੜ੍ਹ ਚੀਰਵੀਂ ਠੰਡ ਚ ਭੂਚਾਲ ਦੇ ਰਾਹਤਕਾਰ ਜਾਰੀ। ਬੜੀ ਦੁਖਦਾਈ ਖਬਰ ਏ। ਕਿੰਨਾ ਚੰਗਾ ਹੁੰਦਾ ਜੇ ਤੁਰਕੀ ਸਿਰਫ ਭੂਚਾਲਾਂ ਦੀ ਬਜਾਏ ਮੋਦੀ ਤੇ ਭਾਜਪਾਈਆਂ ਦੇ ਘਰ ਚ ਭੂਚਾਲ ਆਉਂਦਾ ਤੇ ਇਹ ਲੋਕ ਕੁੱਤੇ ਦੀ ਮੌਤ ਮਰਦੇ। ਪਰ ਇਹਨਾਂ ਦੇ ਪੁਰਾਣ ਨੂੰ ਬਾਹਰ ਕੱਢ ਦਿਆ ਜਾਂਦਾ। ਪੁਰਾਣ ਕੋਈ ਕਸੂਰ ਨਹੀਂ, ਮੇਨ ਕੁੱਤੇ ਭਾਜਪਾ ਹੀ ਨੇ। ਫਿੰਚ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ, ਅਗਲੇ ਦੀ ਮਰਜ਼ੀ ਹੈ ਭਾਈ। ਜੰਗ ਜਾਰੀ ਰਹੀ ਤਾਂ ਰੂਸ ਨੂੰ ਓਲੰਪਿਕ ਨਹੀਂ ਖੇਡਣ ਦੇਵਾਂਗੇ। ਪੈਰਿਸ ਮੇਅਰ ਕਿਆ ਕੀਤੀ ਨਾ ਮਰਦਾਂ ਵਾਲੀ ਗੱਲ, ਮੋਦੀ ਵਾਲਾ ਸਾਫ ਥੋੜੀ ਏ। ਕਦੇ ਰੂਸ ਨਾਲ, ਕਦੇ ਅਮੈਰੀਕਾ ਨਾਲ, ਆਪਣਾ ਉਹਦਾ ਦੀਨ ਵਜਵਾਏ ਕੋਈ ਨਹੀਂ। ਬਹੁਤ ਨੀਚ ਆਦਮੀ ਮੋਦੀ। ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ ਵਧਾਈਆਂ। ਅਬੂ ਧਾਬੀ ਓਪਨ ਸਾਨੀਆਂ ਤੇ ਬੇਥਨੀ ਪਹਿਲੇ ਗੇਟ ਚੋਂ ਬਾਹਰ, ਆਪਾਂ ਕੀ ਲੈਣਾ ਦੇਣਾ। ਭਾਰਤ ਵੱਲੋਂ ਪਾਕਿਸਤਾਨ ਤੇ ਦੁਰਪ੍ਰਚਾਰ ਦਾ ਦੋਸ਼, ਇਹ ਸਭ ਸਿਆਸੀ ਗੱਲਾਂ ਨੇ। ਭਾਰਤ ਨੇ ਰਾਹ ਸਮੱਗਰੀ ਤੇ ਮੈਡੀਕਲ ਮਦਦ ਭੇਜੀ, ਅੱਛੀ ਗੱਲ ਏ। ਤੁਰਕੀ ਚੇਲਸੀ ਦੇ ਸਾਬਕਾ ਫੁੱਟਬਾਲਰ ਆਸੂ ਨੂੰ ਬਚਾਇਆ, ਅੱਛੀ ਗੱਲ ਏ। JEE ਮੈਨ 20 ਉਮੀਦਵਾਰਾਂ ਨੇ ਪਰਫੈਕਟ 100 ਹਾਸਲ ਕੀਤੇ, ਬਹੁਤ ਅੱਛੀ ਗੱਲ ਏ।